ਬੱਚੇ ਆ, ਟੀਨੇਜਰਸ ਆ, ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾ ਰਹੇ ਆ। ਔਰ ਤੁਹਾਨੂੰ ਮੈਂ ਇੱਧਰ ਪੜ੍ਹਾ ਵੀ ਦਿੰਦਾ, ਜੋ ਜਨਤਕ ਜਾਗਰੂਕਤਾ ਸੂਚਨਾ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਦਿੱਤੀ ਗਈ ਸੀ, ਕਾਫੀ ਸਮਾਂ ਹੋ ਗਿਆ, ਅਸੀਂ ਪਹਿਲਾਂ ਵੀਡੀਓ ਪਾਈ ਸੀ ਕਿ ਪੰਜਾਬ 'ਚ ਨਾਬਾਲਗ ਨਹੀਂ ਚਲਾ ਸਕਣਗੇ ਵਾਹਨ, ਮਾਪਿਆਂ ਨੂੰ ਹੋ ਸਕਦੀ ਹੈ ਜੇਲ੍ਹ। ਥੋੜ੍ਹੇ ਇੱਦਾਂ ਦੇ ਆ ਜਿਹੜੇ ਪਾਲਣਾ ਨਹੀਂ ਕਰਦੇ, ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਮਾਈਨਰ ਬੱਚਿਆਂ ਦੇ, ਅਤੇ ਜਿਹੜੀ ਅਸੀਂ ਚਲਾਨ ਕੱਟ ਕੇ ਕੋਰਟ ਨੂੰ ਭੇਜ ਰਹੇ ਹਾਂ। ਅੱਛਾ, ਕੋਰਟ ਨੂੰ ਭੇਜ ਰਹੇ ਹਾਂ ਹਾਂ, ਅਤੇ ਫਿਰ ਸਰ ਜੋ ਵੀ ਉੱਥੋਂ ਜੋ ਵੀ ਉੱਥੇ ਫਾਈਨ ਲੱਗਣਾ ਉਹ ਲੱਗਣਾ। ਉੱਥੇ ਮੈਂ ਪੜ੍ਹ ਕੇ ਆਇਆ ਬੋਰਡ 'ਤੇ 25,000 ਰੁਪਇਆ ਫਾਈਨ ਲਿਖਿਆ। ਹਾਂ, ਜੋ ਵੀ ਫਾਈਨ ਆ ਉੱਥੇ ਜੱਜ ਸਾਹਿਬ ਉਹਨਾਂ ਨੂੰ ਕਰੂਗੇ, ਉਹ ਉਹਨਾਂ ਨੂੰ ਬੱਚਿਆਂ ਨੂੰ ਕੋਈ ਵਹੀਕਲ ਨਾ ਦੇਣਾ, ਵੱਡਾ ਸਕੂਟਰ ਮੋਟਰਸਾਈਕਲ ਕਾਰ ਨਾ ਕਰਨ ਦੇਣਾ ਘਰੋਂ, ਉਹਨਾਂ ਦੀ ਇਹ ਬਣ ਜ਼ਿੰਮੇਵਾਰੀ ਬਣਦੀ ਆ ਵੀ ਨਾ ਕਰਨ ਕੋਈ ਵੀ ਇੱਦਾਂ ਦਾ। ਅਤੇ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਜਿਹਦੇ ਨਾਲ ਟਰੈਫਿਕਾਂ ਦੀ ਨਿਯਮਾਂ ਦੀ ਪਾਲਣਾ ਵੀ ਹੋਣੀ ਆ, ਅਤੇ ਉਹਨਾਂ ਦਾ ਵੀ, ਬੱਚਿਆਂ ਦਾ ਵੀ ਬਚਾਅ ਹੋਣਾ ਆ, ਅਤੇ ਮਾਂ ਪਿਓ ਦਾ ਵੀ ਉਹਨਾਂ ਦਾ ਜਿਹੜਾ ਸਜ਼ਾ ਤੋਂ ਬਚਾਅ ਹੋਣਾ ਆ। ਸਕੂਟੀ ਦਾ ਕੀ ਰੂਲ ਹੈ ਸਮਝਾ ਦਿਓ ਜੀ ਇਹਨਾਂ। ਦੇਖੋ, ਜਿਹਨਾਂ ਲਾਇਸੈਂਸ ਬਣੇ ਹੋਏ ਆ, ਹਾਂਜੀ 16 ਸਾਲ ਤੋਂ ਉੱਤੇ ਉਮਰ ਲਾਇਸੈਂਸ ਬਣਾਇਆ ਤੁਸੀਂ ਆਪਣੇ ਬੱਚੇ ਦਾ, ਹਾਂਜੀ ਵੀ ਲਾਇਸੈਂਸ ਪਹਿਲਾਂ ਤੁਸੀਂ ਬਿਨਾਂ ਗੇਰਾਂ ਤੋਂ ਬਣਾਇਆ ਹੋਇਆ ਆ, ਅਤੇ ਉਹ ਬੱਚਾ ਆਪਣਾ ਹੈਲਮਟ ਪਾ ਕੇ ਲਾਇਸੈਂਸ ਉਹਦੇ ਕੋਲ ਆ, ਅਤੇ ਇਲੈਕਟ੍ਰਿਕ ਸਕੂਟੀ ਜਿਹੜੀ ਆ 50 cc ਦਾ ਦੱਸੀ, ਜੋ ਕਾਨੂੰਨ ਦੇ ਦੱਸੀ ਆ ਵਿੱਚ, ਉਹਦੇ ਵਿੱਚ ਚਲਾ ਲਵੇ, ਉਹਨੂੰ ਥੋੜ੍ਹਾ ਜਿਹਾ ਕਹਿੰਦੇ ਕੁਛ ਵੀ। ਜਿਹੜੇ ਰੂਲ ਡਿਸਓਬੇ ਕਰਦੇ ਨੇ ਉਹਨਾਂ ਲਈ ਐਵਰੀਥਿੰਗ ਇਜ਼ ਨੋਟ ਫਾਈਨ ਮੈਨ, ਕਿਉਂਕਿ ਸਰਕਾਰ ਨੇ ਪਹਿਲਾਂ ਹੀ ਸਖਤ ਹਦਾਇਤਾਂ ਦੇ ਦਿੱਤੀਆਂ ਸੀਗੀਆਂ, ਪ੍ਰਸ਼ਾਸਨ ਨੇ ਪਹਿਲਾਂ ਹੀ ਸਖਤ ਹਦਾਇਤਾਂ ਦੇ ਦਿੱਤੀਆਂ ਸੀਗੀਆਂ ਕਿ ਨਾਬਾਲਗ 2 ਪਹੀਆ ਜਾਂ 4 ਪਹੀਆ ਵਾਹਨ ਨਹੀਂ ਚਲਾਉਣਗੇ। ਤਾਂ ਉਹ ਦੇਖੋ ਹੁਣ ਚਲਾਨ ਹੁੰਦੇ ਪਏ ਆ, ਅਤੇ ਲੱਗ ਗਈ ਆ ਲਾਈਨ ਮੈਨ, ਲੱਗ ਗਈ ਆ ਬਹੁਤ ਵੱਡੀ ਲਾਈਨ ਮੈਨ। ਸਤਿ ਸ਼੍ਰੀ ਅਕਾਲ, ਬੀਬਤੀ ਨਵਾਂਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ, ਤੁਸੀਂ ਸ਼ੇਅਰ ਤੋਂ ਦੱਸ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਸੱਚ ਚੰਡੀਗੜ੍ਹ ਚੌਂਕ ਵਿਖੇ ਮੌਜੂਦ ਹਾਂ, ਉੱਧਰ ਤੁਸੀਂ ਦੇਖੋ ਕਿ ਚਲਾਨ ਕੱਟੇ ਜਾ ਰਹੇ ਆ ਜਿਹੜੇ ਮਾਈਨਰ ਆ, 2 ਪਹੀਆ ਵਾਹਨ ਜਾਂ 4 ਪਹੀਆ ਵਾਹਨ ਚਲਾਉਂਦੇ ਆ। ਹਾਲਾਂਕਿ ਇੱਥੇ 4 ਪਹੀਆ ਵਾਹਨ ਵਾਲਾ ਤਾਂ ਕੋਈ ਨਹੀਂ ਹੈ, ਲੇਕਿਨ 2 ਪਹੀਆ ਵਾਹਨ ਵਾਲੇ ਬਹੁਤ ਸਾਰੇ ਜਿਹੜੇ ਬੱਚੇ ਆ, ਟੀਨੇਜਰਸ ਆ, ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾ ਰਹੇ ਆ। ਔਰ ਤੁਹਾਨੂੰ ਮੈਂ ਇੱਧਰ ਪੜ੍ਹਾ ਵੀ ਦਿੰਦਾ, ਜੋ ਜਨਤਕ ਜਾਗਰੂਕਤਾ ਸੂਚਨਾ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਦਿੱਤੀ ਗਈ ਸੀ, ਕਾਫੀ ਸਮਾਂ ਹੋ ਗਿਆ, ਅਸੀਂ ਪਹਿਲਾਂ ਵੀਡੀਓ ਪਾਈ ਸੀ ਕਿ ਪੰਜਾਬ 'ਚ ਨਾਬਾਲਗ ਨਹੀਂ ਚਲਾ ਸਕਣਗੇ ਵਾਹਨ, ਮਾਪਿਆਂ ਨੂੰ ਹੋ ਸਕਦੀ ਹੈ ਜੇਲ੍ਹ। ਇਹ ਜਿਹੜੀਆਂ ਹਦਾਇਤਾਂ ਆ, ਜਿਹੜੀ ਪਾਬੰਦੀ ਆ, ਕਾਫੀ ਦੇਰ ਪਹਿਲਾਂ ਹੀ ਲਗਾ ਦਿੱਤੀ ਗਈ ਸੀਗੀ, ਔਰ ਇਹ ਅਸੀਂ ਵੀਡੀਓ ਪੋਸਟ ਵੀ ਕੀਤੀ ਸੀਗੀ, ਟ੍ਰੈਫਿਕ ਇੰਚਾਰਜ ਸਾਹਿਬ ਨੇ ਜਿਹੜੀ ਆ ਆਮ ਲੋਕਾਂ ਤੱਕ ਅਪੀਲ ਵੀ ਕੀਤੀ ਸੀਗੀ ਕਿ ਆਪਣੇ ਬੱਚਿਆਂ ਨੂੰ, ਮਾਈਨਰ ਬੱਚਿਆਂ ਨੂੰ ਜਿਹੜਾ 2 ਪਹੀਆ ਵਾਹਨ ਨਾ ਦਿਓ। ਔਰ ਆਪ ਤੁਸੀਂ ਪੜ੍ਹੋ ਕਿ ਕੀ ਉਹਦੇ 'ਤੇ, ਜੇਕਰ ਤੁਸੀਂ ਹਦਾਇਤਾਂ ਨਹੀਂ ਮੰਨਦੇ ਤਾਂ ਕੀ ਕੰਪਲੀਕੇਸ਼ਨਸ ਹੋ ਸਕਦੀਆਂ, 3 ਸਾਲ ਦੀ ਕੈਦ ਜਾਂ 25,000 ਰੁਪਏ ਜੁਰਮਾਨਾ। 25,000 ਰੁਪਏ ਜੁਰਮਾਨੇ ਦੀ ਗੱਲ ਹੈ, ਆਓ ਅਸੀਂ ਆਪਣੇ ਬੱਚਿਆਂ ਨੂੰ ਜਾਗਰੂਕ ਕਰਵਾਈਏ, ਅਤੇ ਜ਼ਿੰਮੇਵਾਰ ਮਾਪੇ ਬਣੀਏ। ਮਤਲਬ ਮਾਪਿਆਂ ਨੇ ਵੀ ਕਿਤੇ ਨਾ ਕਿਤੇ ਅਣਗਹਿਲੀ ਕੀਤੀ ਆ, ਜੇ ਪ੍ਰਸ਼ਾਸਨ ਨੇ ਕਿਹਾ ਸੀਗਾ, ਰੋਕ ਲਾਈ ਸੀ, ਪਾਬੰਦੀ ਲਾਈ ਸੀ ਨਾਬਾਲਗ ਬੱਚਿਆਂ ਦੇ ਉੱਤੇ ਵਹੀਕਲ ਚਲਾਉਣ ਦੇ ਲਈ, ਤਾਂ ਹੁਣ ਤੁਸੀਂ ਦੇਖੋ ਕਿੰਨੇ ਵਹੀਕਲ ਇੱਥੇ ਖੜ੍ਹੇ ਆ। 21 ਅਗਸਤ 2024 ਤੋਂ ਪੂਰੇ ਪੰਜਾਬ ਵਿੱਚ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਲੜਕੇ ਅਤੇ ਲੜਕੀਆਂ ਦੇ 2 ਪਹੀਆ ਵਾਹਨ ਅਤੇ 4 ਪਹੀਆ ਵਾਹਨ ਚਲਾਉਣ 'ਤੇ ਪਾਬੰਦੀ ਹੈ। ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣਾ ਅਤੇ ਆਪਣੇ ਬੱਚੇ ਅਤੇ ਆਪਣੇ ਆਪ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਾਓ, ਤਾਂ ਤੁਸੀਂ ਮੋਟਰ ਵਹੀਕਲ ਐਕਟ 2019 ਸੋਧ ਧਾਰਾ 199 ਇਹਦੇ ਤਹਿਤ ਜਿਹੜਾ ਪੁਲਿਸ ਵੱਲੋਂ ਅਪੀਲ ਕੀਤੀ ਗਈ ਸੀ, ਜਾਗਰੂਕ ਕੀਤਾ ਗਿਆ ਸੀ, ਲੇਕਿਨ ਹਾਲੇ ਵੀ ਤੁਸੀਂ ਦੇਖੋ ਕਿ ਇੱਥੇ ਬਹੁਤ ਸਾਰੀਆਂ ਸਕੂਟੀਜ਼, ਖਾਸ ਕਰਕੇ ਨੌਜਵਾਨ ਮੁੰਡੇ ਵੀ ਹੈਗੇ ਆ, ਪਰ ਛੋਟੀਆਂ ਜਿਹੜੀਆਂ ਸਾਡੀਆਂ ਬੱਚੀਆਂ ਭੈਣਾਂ ਆ, ਔਰ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਰਿਹਾ ਕਿ ਮਾਪਿਆਂ ਵੱਲੋਂ ਅਣਗਹਿਲੀ ਕੀਤੀ ਜਾ ਰਹੀ ਹੈ ਕਿ ਜੇ ਬੱਚਾ 18 ਸਾਲ ਤੋਂ ਘੱਟ ਹੈ, ਮਾਈਨਰ ਹੈ, ਲਾਇਸੈਂਸ ਹੈ ਹੀ ਨਹੀਂ, ਤਾਂ ਤੁਸੀਂ ਉਹਨੂੰ 2 ਪਹੀਆ ਵਾਹਨ ਕਿਉਂ ਚਲਾਉਣੇ ਦੇ ਰਹੇ ਹੋ। ਔਰ ਤੁਸੀਂ ਦੇਖੋ ਕਿ ਬੜੀਆਂ ਸਖਤ ਹਦਾਇਤਾਂ, 25,000 ਜੁਰਮਾਨਾ, ਅਤੇ ਮਾਪਿਆਂ ਨੂੰ ਜੇਲ੍ਹ ਵੀ ਹੋ ਸਕਦੀ ਆ।
ਇੱਕ ਵਾਰੀ ਟ੍ਰੈਫਿਕ ਇੰਚਾਰਜ ਸਾਹਿਬ ਤੋਂ ਪੂਰੀ ਜਾਣਕਾਰੀ ਲੈਂਦੇ ਹਾਂ। ਹੁਣ ਬੱਚਿਆਂ ਦੇ ਚਿਹਰੇ ਜਿਹੜੇ ਉਤਰੇ ਹੋਏ ਆ, ਮਾਯੂਸ ਨੇ, ਚਿਹਰੇ ਲੂਸ ਹੋਏ ਪਏ ਆ, ਲੇਕਿਨ ਜਿਹੜੀ ਹਦਾਇਤ ਆ ਉਹ ਤਾਂ ਮੰਨਣੀ ਪੈਣੀ ਹੈ, ਕਿਉਂਕਿ ਦੇਖੋ ਬੜੀ ਜੈਨੂਅਨ ਜਿਹੀ ਗੱਲ ਹੈ। ਆਪਾਂ ਇੰਡੀਆ 'ਚ ਤਾਂ ਚਲਾਈ ਜਾਂਦੇ, ਕਿ ਬਾਹਰ ਜਾ ਕੇ ਤਾਂ ਚਲਾ ਸਕਦੇ, ਕਿ ਚੰਡੀਗੜ੍ਹ ਜਾ ਇੱਥੋਂ 90 ਕਿਲੋਮੀਟਰ ਅੱਗੇ ਚਲੇ ਜਾਈਏ, ਕਿ ਉੱਥੇ ਮਾਪੇ ਜਿਹੜੇ ਬੱਚੇ ਜਿਹੜੇ 18 ਸਾਲ ਤੋਂ ਘੱਟ ਆ ਉਹਨਾਂ ਨੂੰ ਵਹੀਕਲ ਦਿੰਦੇ ਆ, ਤਾਂ ਬਹੁਤ ਸਾਰੀਆਂ ਗੱਲਾਂ ਆ। ਸਵਾਲ ਆਪਾਂ ਲੈ ਲੈਂਦੇ ਟ੍ਰੈਫਿਕ ਇੰਚਾਰਜ ਸਾਹਿਬ ਤੋਂ। ਸਾਥੀਓ, ਤੁਸੀਂ ਦੇਖ ਪਾ ਰਹੇ ਹੋ ਕਿ ਹਫੜਾ ਦਫੜੀ ਮੱਚੀ ਹੋਈ ਹੈ। ਈਵਨ ਇੱਥੇ ਤਾਂ ਕਈ ਬੱਚੇ ਇਹ ਕਹਿ ਰਹੇ ਕਿ ਪਹਿਲਾਂ ਮੇਰਾ ਚਲਾਨ ਕੱਟ ਦਿਓ ਜੀ, ਮੈਂ ਟਿਊਸ਼ਨ 'ਤੇ ਜਾਣਾ, ਕਿ ਮੈਂ ਲੇਟ ਹੋ ਜਾਣਾ। ਤਾਂ ਬਹੁਤ ਸਾਰੇ ਜਿਹੜੇ ਮਾਈਨਰ ਬੱਚੇ ਰੋਕੇ ਗਏ, ਕੁਝ ਮੇਜਰ ਵੀ ਰੋਕੇ ਗਏ ਆ, ਜਿਨ੍ਹਾਂ ਦਾ ਮੌਕੇ 'ਤੇ ਚਲਾਨ ਕੱਟਿਆ ਜਾ ਰਿਹਾ। ਕਿਸ ਨੂੰ 500 ਫਾਈਨ ਲੱਗ ਰਿਹਾ, ਕਿਸ ਨੂੰ 1000 ਫਾਈਨ ਲਗਾਇਆ ਜਾ ਰਿਹਾ। ਬਾਕੀ ਆਪਾਂ ਪੂਰੀ ਜਾਣਕਾਰੀ ਲੈ ਲਾਂਗੇ, ਲੇਕਿਨ ਜਸਵਿੰਦਰ ਸਰ ਦਾ ਕਹਿਣਾ, ਕਹਿੰਦੇ ਅਸੀਂ ਸਕੂਲਾਂ 'ਚ ਵੀ ਅਵੇਅਰਨੈਸ ਕੀਤੀ ਸੀਗੀ, ਸੋਸ਼ਲ ਮੀਡੀਆ 'ਤੇ ਤਾਂ ਕੀਤੀ ਹੈ, ਹੋਰ ਬਹੁਤ ਪਲੈਟਫਾਰਮਸ 'ਤੇ ਕਹਿੰਦੇ ਅਵੇਅਰਨੈਸ ਕੀਤੀ ਹੈ। ਈਵਨ ਸਕੂਲਸ ਜਾ ਕੇ ਅਸੀਂ ਜਿਹੜੀ ਅਵੇਅਰਨੈਸ ਵੀ ਕਰਕੇ ਆਏ ਹਾਂ ਕਿ ਮਾਈਨਰ ਬੱਚਿਆਂ ਨੂੰ ਜਿਹੜੇ ਵਹੀਕਲ ਨਾ ਦਿੱਤੇ ਜਾਣ। ਪਰ ਬੜੀ ਹੈਰਾਨੀ ਵਾਲੀ ਗੱਲ ਹੈ, ਇੰਨੀ ਜ਼ਿਆਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ, ਇੰਨੀ ਜ਼ਿਆਦਾ ਅਵੇਅਰਨੈਸ ਤੋਂ ਬਾਅਦ ਵੀ ਇਸ ਗੱਲ ਨੂੰ ਸੀਰੀਅਸਲੀ ਨਹੀਂ ਲਿਆ ਗਿਆ। ਪੂਰੀ ਜਾਣਕਾਰੀ ਅਸੀਂ ਸਰ ਤੋਂ ਲੈ ਲੈਂਦੇ ਹਾਂ। ਜੀ ਸਰ, ਮੈਂ ਚਾਹੁੰਦਾ ਇੱਕ ਵਾਰੀ ਜਾਣਕਾਰੀ ਸਾਂਝਾ ਕਰ ਦਿਓ, ਕਿਉਂਕਿ ਜਿਹੜੇ ਹਾਲੇ ਤੱਕ ਵੀ ਨਹੀਂ ਅਵੇਅਰ, ਉਹ ਅਵੇਅਰ ਹੋ ਜਾਣ ਕਿ ਇੱਥੇ ਹੁਣ ਹੋ ਕੀ ਰਿਹਾ ਜੀ। ਅਸੀਂ ਜਿਹੜੇ ਨਵੇਂ ਕਾਨੂੰਨਾਂ ਮਾਈਨਰ ਬੱਚਿਆਂ ਬਾਰੇ ਆਏ ਸੀਗੇ, ਉਹਨਾਂ ਬਾਰੇ ਅਸੀਂ ਪਹਿਲਾਂ ਵੀ ਅਵੇਅਰਨੈਸ ਕੀਤਾ, ਕਾਫੀ ਸਕੂਲਾਂ ਵਿੱਚ ਜਾ ਕੇ ਵੀ ਅਵੇਅਰਨੈਸ ਕੀਤਾ, ਔਰ ਚੌਰਸਤਿਆਂ ਵਿੱਚ ਸਕੂਲਾਂ ਦੇ ਮੂਹਰੇ ਉਹਦੇ ਸੰਬੰਧੀ ਬੋਰਡ ਵੀ ਲਗਾਏ ਆ, ਬੈਨਰ ਲਗਾਏ ਆ, ਵੀ ਕੋਈ ਜਿਹੜਾ ਘੱਟ ਉਮਰ ਦਾ ਬੱਚਾ ਆ ਉਹ ਨਾ ਚਲਾਵੇ ਵਹੀਕਲ, ਹੈਵੀ ਵਹੀਕਲ ਜਿਹੜੇ ਆ, ਕੋਈ ਵੀ ਸਕੂਟਰ ਮੋਟਰਸਾਈਕਲ ਕਾਰ ਉਹ ਨਾ ਚਲਾਵੇ, ਜਿਹੜੀ 50 cc ਦੀ ਸਕੂਟਰੀ ਆ ਉਹ ਉੱਥੋਂ ਥੱਲੇ ਉਹ ਚਲਾ ਸਕਦਾ, ਇਲੈਕਟ੍ਰਿਕ ਹਾਂ ਉਹ ਚਲਾ ਸਕਦਾ, ਬਾਕੀ ਨਾ ਚਲਾਉਣ ਬਾਰੇ ਬੋਰਡ ਲੱਗੇ ਹੋਏ ਆ ਸਾਰੇ। ਅਤੇ ਅਸੀਂ ਅਵੇਅਰਨੈਸ ਕੀਤਾ, ਕਾਫੀ ਲੋਕ ਅਵੇਅਰਨੈਸ ਕਦੋਂ ਤੋਂ ਸ਼ੁਰੂ ਕੀਤੀ ਹੋਈ ਹੈ ਜੀ? ਇਹ ਕਾਫੀ ਸਮੇਂ ਤੋਂ ਪਿੱਛੋਂ ਚੱਲ ਰਹੀ ਹੈ, ਆ ਰਹੀ ਆ। ਅਸੀਂ ਤੁਹਾਡੇ ਰਾਹੀਂ ਵੀ ਅਵੇਅਰਨੈਸ ਕੀਤਾ ਸੀਗਾ, ਅਤੇ ਸਕੂਲਾਂ ਜਾ ਕੇ ਵੀ ਕੀਤਾ ਅਸੀਂ, ਅਤੇ ਆਪਣਾ ਸਾਡੀ ਸੋਸ਼ਲ ਮੀਡੀਆ ਚੱਲਦੀ ਆ ਜਿਹੜੀ ਆ SVS ਨਗਰ ਦੀ, ਅਸੀਂ ਉੱਥੇ ਵੀ ਅਸੀਂ ਕੀਤਾ ਜੀ, ਅਖਬਾਰਾਂ ਰਾਹੀਂ ਵੀ ਕੀਤਾ, ਸਾਰਿਆਂ ਨੂੰ ਅਵੇਅਰਨੈਸ ਕੀਤਾ। ਕਾਫੀ ਲੋਕ ਅਵੇਅਰਨੈਸ ਹੋ ਗਏ ਆ, ਕੁਛ ਵਿੱਚ ਥੋੜ੍ਹੇ ਇੱਦਾਂ ਦੇ ਆ ਜਿਹੜੇ ਪਾਲਣਾ ਨਹੀਂ ਕਰਦੇ, ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਮਾਈਨਰ ਬੱਚਿਆਂ ਦੇ, ਅਤੇ ਜਿਹੜੀ ਅਸੀਂ ਚਲਾਨ ਕੱਟ ਕੇ ਕੋਰਟ ਨੂੰ ਭੇਜ ਰਹੇ ਹਾਂ। ਅੱਛਾ, ਕੋਰਟ ਨੂੰ ਭੇਜ ਰਹੇ ਹਾਂ। ਜੋ ਵੀ ਉੱਥੋਂ ਜੋ ਵੀ ਉੱਥੇ ਫਾਈਨ ਲੱਗਣਾ ਉਹ ਲੱਗਣਾ ਉੱਥੇ। ਮੈਂ ਪੜ੍ਹ ਕੇ ਆਇਆ ਬੋਰਡ ਤੇ 25,000 ਰੁਪਇਆ ਫਾਈਨ ਲਿਖਿਆ। ਹਾਂ, ਜੋ ਵੀ ਫਾਈਨ ਆ ਉੱਥੇ ਜੱਜ ਸਾਹਿਬ ਉਹਨਾਂ ਨੂੰ ਕਰੂਗੇ। ਅੱਛਾ, ਠੀਕ ਹੈ। ਤੇ ਅਸੀਂ ਜਿਹੜੇ ਉਹਦਾ ਉਹਨਾਂ ਦੇ ਮਾਂ ਪਿਓ ਨੂੰ ਵੀ ਅਵੇਅਰਨੈਸ ਕਰਦੇ ਹਾਂ ਅਸੀਂ, ਹੁਣ ਵੀ ਕਰੀ ਜਾਂਦੇ ਹਾਂ, ਅਤੇ ਜਿਹੜੇ ਬਾਕੀ ਨਿਯਮਾਂ ਦੀ ਉਲੰਘਣਾ ਕਰਦੇ ਆ, ਟ੍ਰੈਫਿਕ ਨਿਯਮਾਂ ਦੀ, ਅਸੀਂ ਉਹਨਾਂ ਦਾ ਵੀ ਚਲਾਨ ਕਰਦੇ ਹਾਂ। ਮੌਕੇ 'ਤੇ ਵੀ ਕਰਦੇ ਚਲਾਨ, ਜਿਹੜਾ ਇਸ਼ਾਰੇ ਉਲੰਘਣਾ ਕਰਦਾ ਆ ਉਹਦੀ ਮੌਕੇ 'ਤੇ, ਹੈਲਮਟ ਵਾਲਿਆਂ ਦੇ ਮੌਕੇ 'ਤੇ, ਜਿਹੜੇ ਸਾਨੂੰ ਮੌਕੇ 'ਤੇ ਚਲਾਨ ਕਿੰਨੇ ਦਾ ਜੀ? ਮੌਕੇ ਹੈਲਮਟ ਦਾ ਮੌਕੇ 'ਤੇ 1000 ਰੁਪਇਆ ਭਰਨ ਦਾ ਮਸ਼ੀਨ ਦੇ ਵਿੱਚ ਔਨਲਾਈਨ, ਲਾਇਸੈਂਸ ਦਾ ਉੱਥੇ ਜਾ ਕੇ ਭਰਦੇ ਜਾ ਕੇ, ਟ੍ਰੈਫਿਕ ਲਾਈਟ ਦੀ ਉਲੰਘਣਾ ਕਰਦੇ ਉਹਦਾ 500 ਰੁਪਇਆ ਜੁਰਮਾਨਾ ਮੌਕੇ 'ਤੇ, ਇਹਦੇ 'ਚ ਤੁਸੀਂ ਮਸ਼ੀਨ 'ਚ ਭਰ ਕੇ ਨਾਲੇ ਅਸੀਂ ਔਨਲਾਈਨ ਕਰਾ ਦਿੰਦੇ ਹਾਂ, ਔਨਲਾਈਨ ਸਾਨੂੰ ਕਰਦੇ ਹਾਂ ਜਿਹੜਾ ਮੇਜਰ ਆ ਜਿਹੜੇ 18 ਸਾਲ ਤੋਂ ਵੱਡਾ ਉਹਨਾਂ ਦੇ, ਹਾਂ ਬੱਚਿਆਂ ਦੇ ਨਹੀਂ, ਬੱਚਿਆਂ ਦੇ ਜਿਹੜੇ ਆ ਇਹ ਕੱਟ ਕੇ ਚਲਾਉਣ ਮਾਈਨਰ ਦੇ, ਅਸੀਂ ਉਹ ਕੋਰਟ ਨੂੰ ਭੇਜੀ ਜਾਂਦੇ ਹਾਂ ਵੀ ਕੋਰਟ ਨੇ ਜੋ ਵੀ ਉਹਨਾਂ ਨੂੰ ਚਲਾਉਣ ਹੀ ਇਹਨੇ ਕਰਦੇ, ਕਾਪੀ ਭਰ ਗਈ ਸਾਰੀ, ਅਤੇ ਫਿਰ ਦੇਖੋ ਵੱਧ ਤੋਂ ਵੱਧ ਕਰਨੇ ਪੈਣੇ ਆ ਜਿਹੜੇ ਉਲੰਘਣਾ ਕਰਦੇ ਆ ਉਹਨਾਂ ਨੂੰ, ਦੇਖੋ ਤਾਂ ਹੀ ਹਟਣਾ ਉਹਨਾਂ ਨੇ ਉਲੰਘਣਾ ਕਰਨ ਤੋਂ। ਅਸੀਂ ਤਾਂ ਪਹਿਲਾਂ ਅਵੇਅਰਨੈਸ ਵੀ ਕਰਦੇ ਹਾਂ, ਹੁਣ ਵੀ ਕਰਦੇ ਨਾਲ ਦੀ ਨਾਲ, ਵੀ ਪਬਲਿਕ ਨੂੰ ਸਮਝਾਉਂਦੇ ਹਾਂ, ਬੱਚਾ ਨਹੀਂ ਕਰਨਾ। ਉਹ ਕਹਿੰਦੇ ਸਾਤੋਂ ਇੱਕ ਵਾਰੀ ਗਲਤੀ ਹੋਈ, ਗਾਹਾਂ ਨਹੀਂ ਕਰਾਂਗੇ ਅਸੀਂ, ਵਾਰਨਿੰਗ ਦਿੱਤੀ ਉਹਨੂੰ, ਹਾਂ ਵਾਰਨਿੰਗ ਦਿੰਦੇ ਬੱਚਿਆਂ ਨੂੰ ਅਸੀਂ, ਪਿਆਰ ਨਾਲ ਸਮਝਾਉਂਦੇ ਹਾਂ ਵੀ ਪੁੱਤ ਬੱਚਾ ਨਹੀਂ ਕਰਨਾ ਇੱਦਾਂ, ਵੀ ਤੁਹਾਡੇ ਮਾਂ ਪਿਓ ਨੂੰ ਵੀ ਸਜ਼ਾ 'ਚ ਹੋ ਸਕਦੀ ਆ, ਨਹੀਂ ਕਰਨਾ ਅਵੇਅਰਨੈਸ, ਹੁਣ ਵੀ ਕਰ ਰਿਹਾ ਨਾਲ ਦੀ ਨਾਲ। ਸਰ ਹੁਣ ਤਾਂ ਮੈਂ ਜ਼ਿਆਦਾਤਰ ਸਕੂਟੀਜ਼ ਦੇਖ ਪਾ ਰਿਹਾ, ਮੇਰਾ ਖਿਆਲ ਜਿਹੜੀਆਂ ਛੋਟੀਆਂ ਬੱਚੀਆਂ ਉਹ ਘੱਟ ਅਵੇਅਰ ਆ, ਇਹ ਉਹ ਵੀ ਅਵੇਅਰਨੈਸ ਹੈਗੀਆਂ ਹੈ, ਕੋਈ ਵਿੱਚ ਥੋੜ੍ਹੇ ਵੇਲੇ ਰਹਿ ਗਿਆ ਜਿਹੜੇ ਹਾਲੇ ਲਗਰਜੀ ਕਰਦੇ ਆ, ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਹਨ। ਸਿਫਾਰਿਸ਼ਾਂ ਵੀ ਆ ਰਹੀਆਂ ਫਿਰ ਕਿ ਨਾਲ ਦੀ ਨਾਲ
ਦੇਖੋ ਸਿਫਾਰਸ਼ ਤੱਕ ਤਾਂ ਮੇਰੇ ਕੋਈ ਨਹੀਂ ਆਈ ਹੈਗੀ ਅਤੇ ਕੈਮਰੇ ਉੱਪਰ ਗੱਡੀ ਲੱਗੇ ਹੋਏ ਆ, ਅਸੀਂ ਦੱਸਦੇ ਹਾਂ ਭਾਈ ਕੈਮਰੇ ਲੱਗੇ ਹੋਏ ਆ ਅਤੇ ਨਾਲ ਦੀ ਨਾਲ ਦੇਖੋ ਤੁਹਾਡੀ ਰਿਕਾਰਡਿੰਗ ਸਾਡੀ ਵੀ ਹੋ ਰਹੀ ਆ ਬਈ ਸਿਫਾਰਸ਼ ਕੋਈ ਨਹੀਂ ਹੈ ਕਿਸੇ ਦੀ ਇੱਥੇ, ਜਿਹੜਾ ਜਿਹੜਾ ਕਾਨੂੰਨ ਦੀ ਉਲੰਘਣਾ ਕਰਦਾ ਅਸੀਂ ਉਹਨੂੰ ਵਾਰਨਿੰਗ ਦਿੰਦੇ ਹਾਂ ਪਹਿਲਾਂ ਅਤੇ ਚਲਾਣ ਵੀ ਕੱਟੇ ਜਾਂਦੇ ਆ ਉਹਨਾਂ ਦੇ। ਸਰ ਕਾਰਨ ਕੀ ਮਰਨ ਜਿਹੜੇ ਬੱਚੇ ਲਗਰਜੀ ਕਰਦੇ ਆ, ਮਾਂ ਪਿਓ ਦੀ ਕਿਤੇ ਅਣਗਹਿਲੀ ਜਾਂ ਲਾਡ ਪਿਆਰ ਜ਼ਿਆਦਾ, ਅਤੇ ਕਿਵੇਂ ਦੇ ਸਕੂਲ ਵਾਲੇ ਵੀ ਚੈੱਕ ਨਹੀਂ ਕਰਦੇ ਕਿ ਮਾਈਨਰ ਬੱਚਾ ਸਕੂਲ ਵਿੱਚ ਸਕੂਟੀ ਲੈ ਕੇ ਆ ਰਿਹਾ, ਮੋਟਰਸਾਈਕਲ ਲੈ ਕੇ ਆ ਰਿਹਾ? ਅਸੀਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਜਾ ਕੇ ਮਿਲੇ ਹਾਂ, ਉਹਨਾਂ ਨੇ ਕਿਹਾ ਵੀ ਸਕੂਲ ਦੇ ਵਿੱਚ ਪੱਕਾ ਕਹਿਤਾ ਵੀ ਕੋਈ ਵੀ ਇੱਥੇ ਸਕੂਟਰ ਵੀ ਮੋਟਰਸਾਈਕਲ ਲੈ ਕੇ ਨਹੀਂ ਆਊਗਾ। ਉਹਨਾਂ ਨੇ ਤਾਂ ਕੀਤਾ ਸਾਰਿਆਂ ਨੇ, ਹੁਣ ਕੋਈ ਬੱਚਾ ਆਪਣੇ ਮਾਂ ਪਿਓ ਤੋਂ ਚੋਰੀ ਜਾਂ ਮਨ ਮਰਜ਼ੀ ਕਰਕੇ ਜਾਂ ਲਿਆ ਸਕਦਾ ਉਹਦਾ ਕੋਈ ਕਹਿ ਨਹੀਂ ਸਕਦੇ ਆਪਾਂ, ਅਤੇ ਲੇਕਿਨ ਜਿਹੜਾ ਰੋਡ ਦੇ ਉੱਤੇ ਆਉਂਦਾ ਆ ਅਸੀਂ ਉਹਦਾ ਫਿਰ ਚਲਾਣ ਜ਼ਰੂਰ ਕਰਾਂਗੇ, ਕੋਟ ਚਲਾਣ ਕੱਟ ਕੇ ਮਾਈਨਰ ਦਾ ਅਸੀਂ ਕੋਰਟ ਨੂੰ ਭੇਜਾਂਗੇ, ਉੱਥੇ ਜੋ ਬਣਦਾ ਜੁਰਮਾਨਾ ਹੁੰਦਾ। ਪੂਰਨ ਤੌਰ 'ਤੇ ਪਾਬੰਦੀ ਹੈ? ਹਾਂਜੀ ਹਾਂ, ਪੂਰਨ ਤੌਰ 'ਤੇ ਪਾਬੰਦੀ ਹੈ। ਠੀਕ ਹੈ, ਅਤੇ ਅਸੀਂ ਪਬਲਿਕ ਨੂੰ ਫਿਰ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਬੱਚੇ ਛੋਟੇ ਆ ਉਹਨਾਂ ਦੇ ਮਾਂ ਪੇ ਨਹੀਂ ਰੁਕ ਜਾਂਦੇ, ਬੱਚੇ ਰੁਕ ਜਾਂਦੇ ਆ, ਮਾਂ ਪੇ ਉਹਨਾਂ ਦੇ ਜਿਹੜੇ ਆ ਉਹ ਉਹਨਾਂ ਨੂੰ ਬੱਚਿਆਂ ਨੂੰ ਕੋਈ ਵਹੀਕਲ ਨਾ ਦੇਣਾ, ਵੱਡਾ ਸਕੂਟਰ ਮੋਟਰਸਾਈਕਲ ਕਾਰ ਨਾ ਕੱਢਣ ਦੇਣਾ ਘਰੋਂ, ਉਹਨਾਂ ਦੀ ਇਹ ਬਣ ਜ਼ਿੰਮੇਵਾਰੀ ਬਣਦੀ ਆ ਵੀ ਨਾ ਕਰਨ ਕੋਈ ਵੀ ਇੱਦਾਂ ਦਾ। ਅਤੇ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਜਿਹਦੇ ਨਾਲ ਟ੍ਰੈਫਿਕਾਂ ਦੀ ਨਿਯਮਾਂ ਦੀ ਪਾਲਣਾ ਵੀ ਹੋਣੀ ਆ ਅਤੇ ਉਹਨਾਂ ਦਾ ਵੀ ਬੱਚਿਆਂ ਦਾ ਵੀ ਬਚਾਅ ਹੋਣਾ ਆ ਅਤੇ ਮਾਂ ਪਿਓ ਦਾ ਵੀ ਉਹਨਾਂ ਦਾ ਜਿਹੜਾ ਸਜ਼ਾ ਤੋਂ ਬਚਾਅ ਹੋਣਾ ਆ। ਦੇਖੋ ਜਿਹੜੇ ਰੂਲਸ ਆ ਤਾਂ ਮੰਨਣੇ ਹੀ ਪੈਣੇ ਨੇ, ਦੇਖੋ 18 ਸਾਲ ਤੋਂ ਜਿਹੜਾ ਛੋਟਾ ਬੱਚਾ ਆ ਉਹਦੇ 'ਤੇ ਹੋਰ ਬੜਾ ਪ੍ਰੈਸ਼ਰ ਹੁੰਦਾ, ਪੜ੍ਹਾਈ ਦਾ ਪ੍ਰੈਸ਼ਰ ਹੁੰਦਾ, ਕਾਹਲੀ ਕਾਹਲੀ ਸਕੂਲੇ ਜਾਣਾ ਜਾਂ ਟਿਊਸ਼ਨ 'ਤੇ ਜਾਣਾ, ਕਈ ਵੇਲੇ ਵਹੀਕਲ ਚਲਾਉਣ ਲੱਗੇ ਫੈਸਲਾ ਨਹੀਂ ਸਹੀ ਲਈ ਜਾਂਦਾ ਅਤੇ ਦੂਜੇ ਨੂੰ ਵੀ ਸੱਟ ਚੋਟ ਦਾ ਖਤਰਾ ਰਹਿੰਦਾ, ਬੱਚੇ ਨੂੰ ਤਾਂ ਰਹਿੰਦਾ ਹੀ ਆ ਜੀ। ਦੇਖੋ ਜੀ, ਅਸੀਂ ਬੱਚਿਆਂ ਨੂੰ ਤਾਂ ਹੀ ਉਹਨਾਂ ਦੇ ਮਾਂ ਪਿਓ ਨੂੰ ਵੀ ਅਵੇਅਰਨੈਸ ਕਰਦੇ ਹਾਂ, ਬੱਚਿਆਂ ਨੂੰ ਵੀ ਸਮਝਾਉਂਦੇ ਹਾਂ, ਪਿਆਰ ਨਾਲ ਸਮਝਾਉਂਦੇ ਹਾਂ ਵੀ ਤੁਸੀਂ ਬੱਚਾ ਸੱਟ ਚੋਟ ਲੱਗ ਸਕਦੀ ਆ, ਤੁਹਾਡੇ ਕੋਲ ਲਾਇਸੈਂਸ ਹੈ ਨਹੀਂ, ਉਮਰ ਘੱਟ ਹੋਆ ਨਾ ਚਲਾਓ, ਜੋ ਕਾਨੂੰਨ ਦੇ ਅਨੁਸਾਰ ਚੱਲੋ, ਜੋ ਕਾਨੂੰਨ ਬਣਿਆ ਹੈ ਉਹਦੇ ਅਨੁਸਾਰ ਚੱਲੋ, ਅਸੀਂ ਸਾਰਿਆਂ ਨੂੰ ਅਵੇਅਰਨੈਸ ਵਾਰ ਵਾਰ ਕਰਦੇ ਹਾਂ ਜੀ। ਸ਼ੁਕਰੀਆ ਸਰ। ਇਹ ਬੱਚਾ ਜਿਹੜਾ ਹੈਗਾ ਪੜ੍ਹਨ ਵਾਲਾ ਬੱਚਾ ਆ, ਉਹ ਬੱਚਾ ਕਿਵੇਂ ਜਾਵੇ ਸਕੂਲ? ਸਾਈਕਲ ਤੇ 10-10 15-15 ਕਿਲੋਮੀਟਰ ਕਿੱਥੋਂ ਆਣਗੇ? ਨਹੀਂ ਜਾਂਦੀਆਂ ਜੀ ਪਿੰਡਾਂ 'ਚ, ਨਹੀਂ ਜਾਂਦੀਆਂ ਬੱਸ, ਨਹੀਂ ਜਾਂਦੀਆਂ। ਨਹੀਂ ਦੇਖੋ ਉਹਦੇ ਲਈ ਇਹਨਾਂ ਨੇ ਖਾਲ ਦੱਸਿਆ ਨਾ, ਇਲੈਕਟ੍ਰਿਕ ਜਿਹੜੀ ਸਕੂਟੀ ਉਹ ਲਓ ਨਾ। ਨਹੀਂ ਉਹ ਵੀ 16 ਸਾਲ ਤੋਂ ਉੱਪਰ ਚਾਹੀਦਾ ਆ, ਤਾਂ ਹੀ ਆਊਗਾ ਬੱਚਾ। ਦੇਖੋ ਮਾਈਨਰ ਦੇਖੋ ਜਿਹੜਾ ਬੱਚਾ ਹੈ ਹੀ 14 ਸਾਲ ਦਾ 15 ਸਾਲ ਦਾ, ਆਪਾਂ ਉਹਨੂੰ ਕਿਤੇ ਐਕਸਪੈਕਟ ਕਰ ਸਕਦੇ ਹਾਂ ਕਿ ਸੜਕ ਤੇ ਵਹੀਕਲ ਲੱਗੇ ਕਿ ਚਲਾਣ ਨਾ ਕੱਟੋ? ਜਿਹੜੇ ਨਜਾਇਜ਼ ਘੁੰਮ ਰਹੇ ਉਹਨਾਂ ਦੀ ਚਲਾਣ ਕੱਟੋ। ਇਹ ਵਾਲਾ ਬੱਚਾ ਜਿਹਦੀ ਕੋਈ ਮਜਬੂਰੀ ਹੈ, ਮਾਪੇ ਛੱਡਣ ਨਹੀਂ ਆ ਸਕਦੇ। ਸਮਝਿਆ ਨਹੀਂ ਸਰ, ਜਿਹੜੀ ਤੁਹਾਡੀ ਗੱਲ ਹੈ ਉਹ ਕਹਿੰਦੇ 16 ਸਾਲ ਤੋਂ ਜਿਹੜਾ ਉੱਪਰ ਹੈ ਉਹ ਇਲੈਕਟ੍ਰਿਕ ਲੈ ਕੇ ਜਾ ਸਕਦਾ, ਪਰ ਜਿਹੜਾ ਹੁਣ ਹੈਗਾ 14-13-14 ਸਾਲ ਦਾ ਆ, 13-14 ਸਾਲ ਦਾ ਨਹੀਂ ਆ, ਨਹੀਂ ਨਹੀਂ ਉਹਦੀ ਨਹੀਂ, ਜਿਹੜੇ ਵੱਡੇ ਬੱਚੇ ਆ ਨਾ ਜਿਹੜੇ ਪੜਨ ਵਾਲੇ ਆ, ਉਹ ਕਹਿੰਦੇ ਇਲੈਕਟ੍ਰਿਕ ਸਕੂਟੀ ਲੈ ਕੇ, ਨਹੀਂ ਉਹ ਵੀ 18 ਸਾਲ ਤੋਂ ਉੱਪਰ ਹੈ ਜੀ, 16 ਨਹੀਂ ਇਲੈਕਟ੍ਰਿਕ ਸਕੂਟੀ ਸਰ, ਉਹਦੇ ਵਿੱਚ ਵੀ ਮੈਂਸ਼ਨ ਕੀਤਾ ਹੋਇਆ ਕਿ ਵੱਡਾ ਸਕੂਟਰ ਜਾਂ ਛੋਟਾ ਸਕੂਟਰ ਲੈ ਕੇ ਜਾ ਸਕਦਾ। ਸਰ ਇਲੈਕਟ੍ਰਿਕ ਸਕੂਟੀ ਦਾ ਕੀ ਰੂਲ ਹੈ ਸਮਝਾ ਦਿਓ ਜੀ ਇਹਨਾਂ ਨੂੰ। ਦੇਖੋ ਜਿਹਨਾਂ ਦਾ ਲਾਇਸੈਂਸ ਬਣੇ ਹੋਏ ਆ, ਹਾਂਜੀ 16 ਸਾਲ ਤੋਂ ਉੱਤੇ ਉਮਰ ਵਾਲਾ ਲਾਇਸੈਂਸ ਬਣਾਇਆ ਤੁਸੀਂ ਆਪਣੇ ਬੱਚੇ ਦਾ, ਹਾਂਜੀ ਬਈ ਲਾਇਸੈਂਸ ਪਹਿਲਾਂ ਤੁਸੀਂ ਬਿਨਾਂ ਗੇਰਾਂ ਤੋਂ ਬਣਾਇਆ ਹੋਇਆ ਆ, ਅਤੇ ਉਹ ਬੱਚਾ ਆਪਣਾ ਹੈਲਮਟ ਪਾ ਕੇ ਲਾਇਸੈਂਸ ਉਹਦੇ ਕੋਲ ਆ, ਅਤੇ ਇਲੈਕਟ੍ਰਿਕ ਸਕੂਟੀ ਜਿਹੜੀ ਆ 50 cc ਦੱਸੀ, ਜੋ ਜੋ ਕਾਨੂੰਨ ਦੇ ਦੱਸੀ ਆ ਵਿੱਚ, ਉਹਦੇ ਵਿੱਚ ਚਲਾ ਲਵੇ, ਉਹਨੂੰ ਥੋੜ੍ਹਾ ਜਿਹਾ ਕਹਿੰਦੇ ਕੁਛ ਵੀ ਨਾ, ਉਹਨੂੰ ਰੋਕਦੇ ਹਾਂ ਅਸੀਂ ਇਲੈਕਟ੍ਰਿਕ ਸਕੂਟੀ ਵਾਲੇ ਨੂੰ ਨਹੀਂ ਕਹਿ ਰਹੇ ਲਾਇਸੈਂਸ ਉਹਦਾ ਬਣਾਓ, ਉਹ ਤਾਂ ਹੀ ਤਾਂ ਉਸ ਨੂੰ ਦਿੱਤੀ ਆ ਵੀ ਜੇ ਬੱਚੇ ਨੇ ਸਕੂਲ ਕਿਤੇ ਜਾਣਾ ਇਲੈਕਟ੍ਰਿਕ ਸਕੂਟੀ ਲਿਜਾ ਕੇ ਆਪਣੀ ਜਿਹੜੀ ਛੋਟੀ ਜਿਹੜੀ ਸਕੂਟਰੀ ਆ 50 cc ਦੇ ਥੱਲੇ ਉਹ ਲਿਜਾ ਕੇ ਜਾ ਸਕਦਾ, ਤਾਂ ਹੀ ਦਿੱਤੀ ਉਹਦੀ ਸਹੂਲਤ, ਉਹਦਾ ਵੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਨਾ ਲਾਇਸੈਂਸ, ਉਹਦਾ ਲਾਇਸੈਂਸ ਤਾਂ ਬਣਾ ਜ਼ਰੂਰੀ ਆ, ਉਹਦਾ ਲਾਇਸੈਂਸ ਬਿਨਾਂ ਗੇਰਾਂ ਤੋਂ ਲਾਇਸੈਂਸ ਬਣਦਾ ਉੱਥੇ ਬਣੇ ਹੋਏ ਬੱਚਿਆਂ ਦੇ। ਓਕੇ ਜੀ, ਥੈਂਕ ਯੂ। ਸਕੂਟਰ ਮੋਟਰਸਾਈਕਲ ਕਾਰ ਉਹ ਨਹੀਂ ਚਲਾਉਣਾ, ਅਸੀਂ ਕਿਸੇ ਦੇ ਕੋਈ ਦੋਸ਼ੀ ਨਹੀਂ ਹੈਗੇ, ਦੁਖੀ ਨਹੀਂ ਹੈਗੇ ਵੀ ਤੁਹਾਨੂੰ ਅਸੀਂ ਕੋਈ ਜਾਣ ਕੇ ਦੁਆ ਕਰੀਏ ਤੰਗ ਕਰੀਏ, ਅਸੀਂ ਤੁਹਾਡੀ ਜਿਹੜੀ ਆ ਸਿਹਤ ਬਾਰੇ, ਤੁਹਾਡੀ ਸਿਹਤ ਬਾਰੇ ਵੀ ਤੁਹਾਡੇ ਕੋਲ ਸੱਟ ਚੋੜਾਂ ਲੱਗ ਜਾਵੇ, ਤੁਹਾਡੇ ਮਾਂ ਪਿਓ ਨੂੰ ਕੋਈ ਸਜ਼ਾ ਨਾ ਹੋਵੇ, ਤੁਹਾਨੂੰ ਕੋਈ ਜ਼ਿਆਦਾ ਸਜ਼ਾ ਨਾ ਹੋਵੇ, ਕੋਈ ਜ਼ਿਆਦਾ ਜੁਰਮਾਨਾ ਭੁਗਤਣਾ ਨਾ ਪਵੇ, ਠੀਕ ਨਾ, ਅਸੀਂ ਮਾਂ ਪਿਓ ਤੁਹਾਡੇ ਨਾਲ, ਅਸੀਂ ਉਹਨਾਂ ਨੂੰ ਵੀ ਕਹਿੰਦੇ ਹਾਂ। ਸੁਖਵਿੰਦਰ ਸਰ ਹੋਣਾ ਵੱਲੋਂ ਬੱਚਿਆਂ ਦੀ ਕਾਉਂਸਲਿੰਗ ਵੀ ਕੀਤੀ ਗਈ, ਸਮਝਾਇਆ ਵੀ ਗਿਆ, ਨਾਲ ਜਿਹਨਾਂ ਬੱਚਿਆਂ ਦੇ ਮਾਪੇ ਵੀ ਸੀਗੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਬੱਚੇ ਛੋਟੇ ਨੇ, ਜੋ ਹਦਾਇਤ ਹੈ ਜੋ ਲਾਅ ਆ
ਉਹਨੂੰ ਮੰਨਣਾ ਬਹੁਤ ਜ਼ਰੂਰੀ ਹੈ। ਅਸੀਂ ਵੀ ਟੈਕਨੀਕਲ ਗੱਲ ਸਮਝੀਏ, ਕਿਉਂਕਿ ਇੱਥੇ ਕੋਈ ਵੀਰ ਜੀ ਵੀ ਆਏ ਸੀ, ਉਹ ਕਹਿੰਦੇ ਕਿ ਜਿਹੜੇ ਬੱਚਿਆਂ ਨੇ ਟਿਊਸ਼ਨ ਪੜ੍ਹਨ ਜਾਣਾ ਉਹ ਕਿੱਦਾਂ ਜਾਣ, ਤਾਂ ਉਹਨਾਂ ਨੇ ਵੀ ਦੱਸਿਆ ਹੱਲ ਕੇ ਦੇਖੋ ਬਿਨਾਂ ਗੇਅਰਾਂ ਵਾਲਾ ਜਿਹੜਾ ਸਕੂਟੀ ਆ, ਜਾਂ ਇਲੈਕਟ੍ਰਿਕ ਸਕੂਟੀ ਆ, ਉਹਦਾ ਲਾਇਸੈਂਸ ਬਣਾਓ, ਬਿਨਾਂ ਗੇਅਰਾਂ ਵਾਲੀ ਸਕੂਟੀ ਚਲਾਓ, ਉਹ ਵੀ ਹੈਲਮਟ ਪਾ ਕੇ, ਕਿਉਂਕਿ ਬੱਚਿਆਂ ਦੀ ਸੁਰੱਖਿਆ ਜਿਹੜੀ ਉਹ ਪਹਿਲਾਂ ਹੋਣੀ ਚਾਹੀਦੀ ਆ। ਬੜੀ ਵਾਰ ਜਿਹੜੇ ਛੋਟੇ ਬੱਚਿਆਂ ਨੂੰ ਗਹਿਲੀ ਕਰ ਲੈਂਦੇ, ਕਈ ਵੇਲੇ ਬੱਚੇ ਰੇਸਾਂ ਲਾ ਲੈਂਦੇ ਆ, ਅਤੇ ਬੱਚਿਆਂ ਦੀ ਬੈਟਰਮੈਂਟ ਲਈ ਆ, ਮਾਂ ਪਿਓ ਦੀ ਬੈਟਰਮੈਂਟ ਲਈ ਆ, ਤਾਂ ਜੋ ਬੱਚਿਆਂ ਨਾਲ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਤਾਂ ਪੁਲਿਸ ਨੇ ਜਿਹੜਾ ਰੂਲਸ ਬਣਾਏ ਆ ਉਹ ਸਾਨੂੰ ਮੰਨਣੇ ਚਾਹੀਦੇ, ਔਰ ਜਿਹੜੇ ਬੱਚੇ ਘਰ ਬਹਿ ਕੇ ਦੇਖ ਰਹੇ ਆ ਉਹਨਾਂ ਨੂੰ ਵੀ ਸਾਡੀ ਬੇਨਤੀ ਆ, ਜੇ ਤੁਸੀਂ 18 ਤੋਂ ਘੱਟ ਹੋ ਤਾਂ ਪਲੀਜ਼ ਕਿਰਪਾ ਕਰਕੇ ਜਿਹੜੀਆਂ ਹਦਾਇਤਾਂ ਨੂੰ ਮੰਨੋ, ਉਹਨਾਂ ਦੇ ਮਾਂ ਪਿਓ ਵੀ ਇਸ ਗੱਲ ਨੂੰ ਸਮਝਣ, ਔਰ 16 ਸਾਲ ਤੋਂ ਜਿਹੜੇ ਵੱਡੇ ਨੇ ਉਹ ਆਪਣਾ ਬਿਨਾਂ ਗੇਅਰਾਂ ਵਾਲਾ ਲਾਇਸੈਂਸ ਬਣਾਉਣ, ਇਲੈਕਟ੍ਰਿਕ ਸਕੂਟੀ ਜਿਹੜੀ 50 CC ਤੋਂ ਘੱਟ ਹੈ ਉਹਦੇ 'ਤੇ ਹੀ ਜਿਹੜਾ ਉਹ ਆਪਣੀ ਟਿਊਸ਼ਨ 'ਤੇ ਜਾਣ, ਆਪਣੀ ਗਰਾਊਂਡ 'ਚ ਜਾਣ। ਔਰ ਬੱਚੇ ਤਾਂ ਹੈਲਦੀ ਹੁੰਦੇ ਆ, ਜਿਹਨਾਂ ਨੇ ਗਰਾਊਂਡ ਜਾਣਾ ਸਾਈਕਲ ਲੈ ਕੇ ਜਾਓ, ਜ਼ਿਆਦਾ ਵਧੀਆ ਗੱਲ ਆ। ਦੇਖੋ ਜ਼ਮਾਨਾ ਕਿਵੇਂ ਚੇਂਜ ਹੋ ਗਿਆ, ਬੰਦਾ ਮਰਸਡੀਜ਼ ਗੱਡੀ 'ਚੋਂ ਜਿੰਮ 'ਚ ਸਾਈਕਲ ਚਲਾਉਣ ਜਾਂਦਾ, ਜੇ ਸਾਈਕਲ ਚਲਾ ਕੇ ਆਪਾਂ ਟਿਊਸ਼ਨ 'ਤੇ ਚਲੇ ਜਾਈਏ, ਅਸੀਂ ਵੀ ਉਹਨਾਂ ਉਮਰਾਂ 'ਚ ਲੰਘੇ, ਸਾਨੂੰ ਸਾਈਕਲ ਦਾ ਸ਼ੌਕ ਹੁੰਦਾ ਸੀ। ਤਾਂ ਕੋਸ਼ਿਸ਼ ਕਰੋ, ਇਹ ਮੁੜ ਕੇ ਸਮਾਂ ਨਹੀਂ ਮਿਲਣਾ, ਮੁੜ ਕੇ ਤੁਸੀਂ ਵਹੀਕਲ ਚਲਾਉਣੇ ਹੀ ਆ, ਵੱਡੇ ਵੱਡੇ ਵਹੀਕਲ ਚਲਾਉਣੇ, ਵੱਡੀਆਂ ਵੱਡੀਆਂ ਗੱਡੀਆਂ ਚਲਾਉਣੀਆਂ। ਜੇ 18 ਸਾਲ ਤੋਂ ਘੱਟ ਉਮਰ ਹੈ ਇਹਨੂੰ ਵੀ ਇੰਜੋਏ ਕਰੋ, ਸਾਈਕਲ ਨੂੰ ਚਲਾਓ, ਇਲੈਕਟ੍ਰਿਕ ਸਾਈਕਲ ਲੈ ਲਓ, ਅੱਜ ਕੱਲ੍ਹ ਇਲੈਕਟ੍ਰਿਕ ਸਾਈਕਲ ਵੀ ਆਉਂਦੇ ਆ, ਪਰ ਆਹ ਐਕਟ ਜ਼ਰੂਰ ਪੜ੍ਹੋ। ਜੇ ਤੁਸੀਂ ਹਦਾਇਤਾਂ ਵੱਲ ਗੌਰ ਨਹੀਂ ਕਰਦੇ ਤਾਂ ਐਕਟ ਜ਼ਰੂਰ ਪੜ੍ਹ ਲਓ, ਤਾਂ ਜੋ ਕੱਲ੍ਹ ਤੁਹਾਨੂੰ ਅਤੇ ਤੁਹਾਡੇ ਮਾਪਿਆਂ ਨੂੰ ਕੋਈ ਤਕਲੀਫ ਨਾ ਹੋਵੇ। ਉਮੀਦ ਕਰਦੇ ਜਿਹੜਾ ਮੈਸੇਜ ਅਸੀਂ ਅਤੇ ਪ੍ਰਸ਼ਾਸਨ ਬੱਚਿਆਂ ਤੱਕ ਪਹੁੰਚਾਉਣਾ ਚਾਹੁੰਦਾ, ਬੱਚਿਆਂ ਦੇ ਮਾਪਿਆਂ ਤੱਕ ਪਹੁੰਚਾਉਣਾ ਚਾਹੁੰਦਾ, ਉਹ ਜ਼ਰੂਰ ਪਹੁੰਚੇਗਾ। ਬਹੁਤ ਬਹੁਤ ਧੰਨਵਾਦ।